ये जो हम आपको तस्वीर दिखा रही है संगरूर के दिरबा की है, जहां लोगों को सीवरेज के गंदे पानी से होकर गुजरने में दिक्कत आ रही है। विधानसभा क्षेत्र पंजाब के वित्तीय मंत्री हरपाल सिंह चीमा का अपना विधानसभा क्षेत्र है, जहां के ये हालात है। ज्यादातर बंद बन चुके हैं और गांव के मुख्य धारा में जो एक झील के रूप में ले चुका है। लोग आज भी झील के किनारे का आनंद लेते नजर आ रहे, लेकिन ये लोग नरकीय जीवन जीने को भी मजबूर है। मोहल्लावासियों ने मीडिया के सामने पंजाब सरकार के खिलाफ जमकर नारेबाजी, वहीं सीवरेज के अधिकारियों के खिलाफ भी जमकर भड़ास निकाला। मौके पर महिलाओं ने कहा कि सीवरेज का गंदा पानी करीबन एक माह से जमा हुआ, लेकिन कोई भी अधिकारी यहां पर कार्य करने नहीं आ रहा। घर के बुजुर्ग और बच्चों को काफी परेशानियों का सामना करना पड़ता है। बच्चों को स्कूल जाने में भी काफी दिक्कतों का सामना करना पड़ता है। बुजुर्ग इस गंदे पानी में गिरकर दुर्घटनाग्रस्त हो गए हैं और मामूली चोटें भी आई। इस पर ध्यान देना होगा, अन्यथा आने वाले दिनों में इसका कोई भविष्य नहीं रहेगा, कोई बड़ा हादसा भी हो सकता है, ये मोहल्ला वासियों का कहना। परमजीत कौर परमजीत जी, किसे खड़े हो, की प्रॉब्लम है? ਅਸੀਂ ਆਪਣੇ ਬਾਰਾਂ ਮੂਰੇ ਖੜੇ ਹਾਂ ਵੀਰੇ, ਭੋਗੀ ਪੱਤੀ ਚ। ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ, ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ। ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚੜਾਉਣਾ ਬਹੁਤ ਮੁਸ਼ਕਲ ਹੈ, ਤੇ ਇਹ ਨਿਰਾ ਬਿਮਾਰੀ ਨੂੰ ਸੱਦਾ ਦੇਣਾ। ਮਤਲਬ ਅਸੀਂ ਬਹੁਤ ਤੰਗ ਆ ਇਸ ਤੋਂ। ਅਸੀਂ ਬਸ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਮਤਲਬ ਸਾਡਾ ਛੇਤੀ ਤੋਂ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ। ਕਿੰਨਾ ਸਮਾਂ ਹੋ ਗਿਆ ਪਾਣੀ ਖੜੇ ਨੂੰ? ਇਹਦਾ ਤਕਰੀਬਨ 20 22 ਦਿਨ ਹੋ ਗਏ। ਇਹਦੇ ਗੰਦਗੀ ਫੈਲ ਰਹੀ ਹੈ, ਗੰਦਗੀ ਬਹੁਤ ਫੈਲ ਰਹੀ ਹੈ, ਜਿਹੜੀ ਜਿਬ ਲੱਗੀ ਪਈ ਇਹਨਾਂ ਨਾਲ, ਮੱਛਰ ਹੈ ਬਹੁਤ ਜ਼ਿਆਦਾ। ਇਸ ਕਰਕੇ ਬਸ ਅਸੀਂ ਤਾਂ ਕਰਕੇ ਪੰਜਾਬ ਸਰਕਾਰ ਤੋਂ ਬਸ ਇਹ ਮੰਗ ਕਰਦੇ ਹਾਂ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ। ਕੋਈ ਸੁਣਵਾਈ ਨਹੀਂ ਹੋਈ, ਅਸੀਂ ਡਾਕਟਰ ਵੀ ਜਾ ਕੇ ਆਏ ਹਾਂ, ਦਫ਼ਤਰ 'ਚ ਵੀ ਜਾ ਕੇ ਆਏ ਹਾਂ ਚੀਮਾ ਸਾਹਿਬ ਦੇ, ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ 'ਚ ਵੀ ਜਾ ਕੇ ਆਏ, ਸਾਡੀ ਕਿਸੇ ਨੇ ਨਹੀਂ ਸੁਣੀ, ਕੋਈ ਨਹੀਂ ਸੁਣ ਰਿਹਾ ਸਾਡੀ। ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਹਾਂ ਬਸ। ਹੁਣ ਜਿਹੜਾ ਮੁਹੱਲੇ ਵਾਸੀ ਤੁਸੀਂ ਇਕੱਠੇ ਹੋਏ ਹੋ, ਬਿਲਕੁਲ ਤੰਗ ਹੋ ਕੇ ਇਕੱਠੇ ਹੋ? ਬਹੁਤ ਤੰਗ ਹੋ ਕੇ ਇਕੱਠੇ ਹੋਏ ਹਾਂ ਵੀ ਅਸੀਂ। ਕਿੰਨੇ ਕੁ ਪਰਿਵਾਰ ਹੋਏ ਵਸੇ ਹੋਏ ਨੇ? ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਘਰ। ਇਹ ਕੱਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ? ਪੀਣ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ, ਵੀ ਸੀਵਰੇਜ ਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ, ਬਾਰਾਂ ਮੂਹਰੇ ਡੇਢ ਛੱਪੜ ਲੱਗੇ ਪਏ ਨੇ, ਅੰਦਰ ਕੋਈ ਨਿਕਾਸੀ ਨਹੀਂ। ਹੁਣ ਬਾਹਰੋਂ ਸਾਧਨ ਆਉਂਦੇ ਨੇ, ਕੋਈ ਗੱਡੀ ਆਉਂਦੀ ਹੈ, ਮੋਟਰਸਾਈਕਲ, ਸਾਰੀ ਗੰਦਗੀ ਅੰਦਰ ਜਾਂਦੀ ਹੈ। ਕਈ ਵਾਰ ਕੋਈ ਹਾਦਸਾ ਜਾਂ ਕੋਈ ਡਿੱਗਣ ਦੀ ਵੀ, ਡਿੱਗਣ ਦੀ ਵੀ ਹੁੰਦੀ ਹੈ, ਉਹ ਸਕੂਟਰ ਮੋਟਰਸਾਈਕਲ ਤੇ ਜਾਂਦਾ, ਪੈਰ ਫਿਸਲ ਕੇ ਵੀ ਡਿੱਗੇ ਨੇ, ਬਹੁਤ ਕੋਈ ਜਿਬ ਲੱਗੀ ਪਈ ਏਡੀ ਏਡੀ ਡਿੱਗਦੇ ਨੇ, ਸੱਟਾਂ ਫੱਟਾਂ ਵੱਜਦੀਆਂ ਨੇ। ਗੁਰੂ ਘਰ ਜਾਣ ਦੀ ਬਹੁਤ ਦਿੱਕਤ ਪੈਂਦੀ ਹੈ, ਮਤਲਬ ਜਦੋਂ ਜਾਂਦੇ ਹਾਂ ਗੁਰੂ ਘਰ, ਏਡੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਸਾਨੂੰ, ਬਹੁਤ ਮੁਸ਼ਕਲ ਪੈਂਦੀ ਹੈ। ਮੇਨ ਗੁਰੂ ਘਰ ਸਾਡਾ ਇਹੀ ਹੈ, ਜਦੋਂ ਅਸੀਂ ਜਾਂਦੇ ਹਾਂ ਸਵੇਰੇ ਸਾਨੂੰ ਬੜੀ ਦਿੱਕਤ ਪੈਂਦੀ। ਅੱਜ ਕੀ ਨਾਮ ਹੈ ਜੀ? ਗੁਰਵਿੰਦਰ ਕੌਰ ਜੀ। ਹਾਂਜੀ, ਤੁਸੀਂ ਮੁਹੱਲੇ ਦੇ ਵਿੱਚ ਅੱਜ ਖੜੇ ਹੋਗੇ, ਪ੍ਰਦਰਸ਼ਨ ਕਰ ਰਹੇ ਹੋਗੇ, ਕਿੰਨੇ ਕੁ ਮਾੜੇ ਹਾਲਾਤ ਨੇ? ਬਹੁਤ ਮਾੜੇ ਹਾਲਾਤ ਨੇ ਜੀ, 22 ਦਿਨ ਹੋ ਗਏ ਜੀ, ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਜਾਏ ਆਏ ਅਨੇ ਚੀਮਾ ਸਾਹਿਬ ਦੇ ਦਫ਼ਤਰ ਜਾਏ ਜੀ, ਕੋਈ ਨਹੀਂ ਆਉਂਦਾ। ਆਉਂਦੇ ਨੇ ਜੀ ਐਨਕਾਂ ਲਾ ਕੇ ਗੱਡੀਆਂ 'ਚ, ਦੇਖ ਕੇ ਚਲੇ ਜਾਂਦੇ ਨੇ, ਹਾਂਜੀ ਹੱਲ ਕਰਦੇ ਹਾਂ, ਕੋਈ ਹੱਲ ਨਹੀਂ ਕਰ ਰਿਹਾ। ਕੀ ਮੁਸ਼ਕਲ ਕੀ ਆ ਰਹੀ ਹੈ? ਮੁਸ਼ਕਲ ਬਾਹਰ ਨਹੀਂ ਨਿਕਲ ਸਕਦੇ ਜੀ, ਪਾਣੀ ਦੇਈਆਂ ਤੱਕ ਪਾਈਪਾਂ 'ਚ ਵਾਪਸ ਜਾ ਰਿਹਾ ਜੀ। ਬਗੈਰ ਬਰਸਾਤ ਤੋਂ ਇਹ ਹਾਲ ਹੈ ਜੀ? ਹਾਂਜੀ ਇਹੀ ਹਾਲ ਹੈ ਜੀ। ਬਰਸਾਤ ਪੈਂਦੀ ਹੈ ਫਿਰ ਕੀ ਹਾਲ? ਫਿਰ ਤਾਂ ਅੰਦਰ ਵੜਦਾ ਜੀ ਪਾਣੀ ਸਾਹਿਬ ਦੇ। ਕਿੰਨੇ ਕੁ ਦਿਨ ਦੀ ਪਾਣੀ ਨਿਕਲਦਾ ਜੀ? ਇਹ ਤਾਂ ਹੁਣ 22 ਦਿਨ ਹੋ ਗਏ ਜੀ, ਅੱਜ 10-10 ਦਿਨ ਨਹੀਂ ਨਿਕਲਦਾ ਜੀ। ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੀਆਂ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ? ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ, ਪਹਿਲਾਂ ਤਾਂ ਗੱਡੀ ਕੱਢਦੇ ਆ, ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ, ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ, ਫਿਰ ਉਹ ਕੀ ਕਰਨ ਜੀ? ਉਹ ਰਾਹ ਗਿਰਦਾ ਵੀ ਹੈ ਇਸ ਨੂੰ? ਬਹੁਤ ਡਿੱਗਦੇ ਨੇ ਜੀ, ਸਾਡੇ ਗਵਾਂਢੀ ਡਿੱਗੇ ਨੇ ਮਿਸਤਰੀਆਂ ਦੇ, ਗੁਰੇ ਦੇ ਘਰ ਵਾਲੀ ਐਡਮਿਟ ਹੈ ਜੀ ਪਟਿਆਲੇ। ਹਾਂਜੀ, ਤੇ ਜਿਵੇਂ ਹੁਣ ਤੁਸੀਂ ਆਨੇ ਜਾਂਦੇ ਹੋ ਜੀ ਤਾਂ ਫਿਰ ਪੈਦਲ ਹੀ ਜਾਂਦੇ ਹੋ? ਅਸੀਂ ਪਾਣੀ 'ਚ ਜਾਂਦੇ ਹਾਂ ਜੀ। ਨੰਗੇ ਪੈਰ ਹਾਂਜੀ, ਬਿਮਾਰੀ ਲੱਗਣ ਦਾ ਵੀ ਖਤਰਾ? ਹੋਰ ਖਤਰਾ ਜੀ, ਸਾਡੇ ਡਿੱਗ ਗਏ ਜੀ ਇੱਧਰ, ਲਵ ਸਿੰਘ ਦੇ ਘਰ ਵਾਲੀ, ਉਹਦੇ ਸੱਟਾਂ ਲੱਗੀਆਂ ਜੀ। ਕੀ ਮੰਗ ਕਰਦੇ ਹੋ? ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਜੀ ਡੀਸੀ ਦਫ਼ਤਰ। ਕੀ ਨਾਮ ਹੈ ਜੀ? ਕਰਮਜੀਤ ਸਿੰਘ।
ਤਰਨ ਜੀ ਜਿਹੜਾ ਗੰਦਾ ਪਾਣੀ ਖੜਿਆ ਕੀ ਕਾਰਨ ਹੈ, ਕਿੰਨੇ ਸਮੇਂ ਤੋਂ ਖੜਿਆ ਇਹ? 20 ਦਿਨ ਹੋ ਗਏ ਬਾਈ, ਬਹੁਤ ਨਰਕ ਹੈਗਾ। ਬੱਚੇ ਬੈਨ ਨਹੀਂ ਚੜ੍ਹਦੇ ਵਿਚਾਰੇ, ਕੋਈ ਚਲਕ ਕੇ ਨਿਬੜ ਕੇ ਜਾਂਦਾ, ਵਰਦੀਆਂ ਨਿਬੜ ਜਾਂਦੀਆਂ ਨੇ, ਦੁਬਾਰੇ ਪਾਉਣੇ ਵਰਦੀਆਂ, ਬੈਨਾਂ ਲੱਗ ਜਾਂਦੀਆਂ ਨੇ। ਬਿਮਾਰੀ ਤਾਂ ਲੱਗੂਗੀ, ਇਹ ਤਾਂ ਪਤਾ ਹੀ ਹੈ, ਗੰਦਾ ਬਿਮਾਰੀ ਲੱਗੀ ਪਈ ਆ। ਬੱਚੇ ਨੂੰ ਬੁਖਾਰ ਹੋ ਰਿਹਾ, ਬਿਮਾਰ ਹੋ ਰਿਹਾ, ਖੰਘ ਜ਼ੁਕਾਮ। ਕਮੇਟੀ ਚ ਵੀ ਮਿਲਿਓ ਤੁਸੀਂ ਕਦੇ, ਅਧਿਕਾਰੀਆਂ ਨੂੰ ਕਿਹਾ ਉਹਨਾਂ ਨੂੰ ਕੋਈ ਮਤਲਬ ਇੰਨੀ? ਅਸੀਂ ਚੀਮੇ ਤੇ ਜਾ ਕੇ ਆਏ ਤੇ ਪਰ ਕੀ ਕਹਿੰਦੇ ਨੇ ਜੀ? ਚੀਮੇ ਕਹਿੰਦੇ ਆਵਾਂਗੇ, ਤੇ ਐਤਵਾਰ ਤੇ ਆਏ ਹੈ ਨਹੀਂ, ਕੱਲ ਆਏ ਤੇ ਇੱਧਰ ਹੀ ਮੁੜ ਗਏ। ਮੰਗ ਕੀ ਕਰਦੇ ਤੁਸੀਂ? ਮੰਗ ਅਸੀਂ ਆਹੀ ਕਰਦੇ ਹਾਂ ਗੰਦੇ ਪਾਣੀ ਦੀ। ਬਾਈ ਜੀ ਕੀ ਨਾਮ ਹੈ? ਬਾਈ ਜੀ ਯਾਦਵਿੰਦਰ ਜੀ। ਯਾਦਵਿੰਦਰ ਬਾਈ, ਕਿੱਥੋਂ ਲੰਘ ਰਹੇ ਹੋ ਇਸ ਸਮੇਂ? ਜਦੋਂ ਲੰਘ ਰਹੇ ਹੋ ਤਾਂ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਿਹਾ? ਬਾਈ ਜੀ ਇੱਥੇ ਬਹੁਤ ਜ਼ਿਆਦਾ ਨਰਕ ਹੈ ਜੀ, ਉਰੇ ਬਿਮਾਰੀ ਹੈ ਜੀ, ਉਰੇ ਮੱਛਰ, ਨਾ ਕੋਈ ਕਮੇਟੀ ਵਾਲਾ ਧਿਆਨ ਹੈ, ਨਾ ਉਰੇ ਕੋਈ ਦਫ਼ਤਰ ਵਾਲਿਆਂ ਦਾ ਧਿਆਨ ਹੈ, ਉਰੇ ਜਿਹੜੇ ਆ ਸਾਡੇ ਘਰ ਨੇ ਤੇ ਇੱਧਰ ਘਰ ਨੇ ਤੇ ਇੱਧਰ ਇੱਧਰ ਘਰ ਨੇ, ਸਾਰੇ ਬਲੋਕ 'ਚ ਨੇ ਜੀ। ਇਹਨਾਂ ਦੇ ਸਾਰਿਆਂ ਦੇ ਸਾਧਨ ਬਾਹਰੋਂ ਬਾਹਰੀ ਖੜੇ ਨੇ, ਤੁਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਕੋਈ ਬਾਹਰ ਨਹੀਂ ਆ ਰਿਹਾ, ਕੰਮ ਕਾਰ ਰੁਕੇ ਪਏ ਨੇ ਲੋਕਾਂ ਦੇ, ਇੱਥੇ ਨਾਲੀਆਂ ਦੇ ਵਿੱਚ ਕੋਈ ਢੱਠਾ ਵੱਜਦਾ, ਆਹ ਥੋਂ ਵੇਲਾ, ਕੋਈ ਉਰੇ ਬੁੜੀਆਂ ਦੋ ਤਿੰਨ ਡਿੱਗੀਆਂ ਨੇ ਜੀ, ਢੱਠੇ ਆਉਂਦੇ ਨੇ ਪਾਣੀ ਕਰਕੇ, ਗਰਮੀ ਹੋ ਰਹੀ ਹੈ, ਵਿੱਚ ਬਹਿੰਦੇ ਨੇ, ਮੱਛਰ ਬਹੁਤ ਜ਼ਿਆਦਾ ਅਣਜਾਣ। ਇੱਥੇ ਸਾਡੇ ਗਵਾਂਢੀਆਂ ਦੇ ਬੁੜੀ ਡਿੱਗੀ ਵਿਚਾਰੀ ਦੋ ਤਿੰਨ ਵਾਰੀ, ਜਵਾਕ ਵੀ ਡਿੱਗਦੇ ਨੇ ਜੀ, ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ, ਬਹੁਤ ਨੁਕਸਾਨ ਹੋ ਚੁੱਕੇ ਨੇ, ਬਿਰਧ ਸਾਡੇ ਘਰ ਦੇ ਨੇ, ਕੋਈ ਦਵਾਈ ਲਿਆਉਣੀ ਹੈ ਜਵਾਕਾਂ ਵਾਲੇ ਨੇ, ਬੈਨਾਂ ਹੁੰਦੀਆਂ ਨੇ ਜੀ, ਸਾਨੂੰ ਉੱਧਰ ਜਾ ਕੇ ਜਵਾਕਾਂ ਨੂੰ ਚਾੜ ਕੇ ਆਉਣਾ ਪੈਂਦਾ। ਕੀ ਲੱਗਦਾ ਜੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੋਲ? ਸਰਕਾਰ ਆ ਜੀ ਜ਼ਿੰਮੇਵਾਰ, ਅਸੀਂ ਪਹਿਲਾਂ ਕਿੰਨੇ ਵਾਰੀ ਜਾਏ, ਸਾਡੀਆਂ ਮਾਤਾ ਜਾਏ, ਸਾਡੇ ਭਾਈ ਜਾਏ, ਬਹੁਤ ਜਾਏ, ਕੋਈ ਹੱਲ ਨਹੀਂ, ਕੋਈ ਹੱਲ ਨਹੀਂ ਹੈਗਾ ਜੀ, ਬਹੁਤ ਦੁਖੀ ਹੈ ਜੀ। ਹੁਣ ਜਿਹੜੇ ਹੈਗੇ ਮੁਹੱਲਾ ਵਾਸੀ ਅੱਕੇ ਪਏ ਨੇ, ਹੁਣ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦੀ ਜਿਹੜੀ ਹੈਗੀ ਹੈ ਜਾਨ ਮਾਲ ਦਾ ਹਵਾਲਾ ਕਿਹਨੂੰ ਬੰਨਣਾ ਚਾਹੀਦਾ? ਇਹਨਾਂ ਨੂੰ ਬੰਨਣਾ ਚਾਹੀਦਾ ਜੀ ਸਰਕਾਰ ਨੂੰ, ਆਪਣੇ ਪਿੰਡ ਦਫ਼ਤਰ ਦੇ ਵਿੱਚ ਮੇਨ ਆ ਜੀ, ਸਾਰੇ ਕਿਤੇ ਜਾਣ ਜਾਂ ਕੋਈ ਸੁਣਵਾਈ ਨਹੀਂ ਹੈਗੀ, ਤੁਹਾਡੇ ਸਾਹਮਣੇ ਹੈ ਜੀ, ਉਰੇ ਬਿਮਾਰੀਆਂ ਨੇ ਜੀ ਕਿੰਨੀਆਂ। ਹਾਲਾਤ ਕਹੇ ਜੇ ਹਾਲਾਤ ਆ ਤਾਂ ਦੇਖ ਲਓ, ਤਾਂ ਕੈਮਰੀ ਦੱਸ ਦੋ ਜੀ ਤੁਹਾਨੂੰ ਕਿਹੋ ਜਿਹੇ ਹਾਲਾਤ ਨੇ, ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਜਿਵੇਂ ਇੱਧਰ ਬੀਜ ਦੇ ਵਿੱਚ, ਇੱਥੇ ਤੋਂ ਆਪਾਂ ਥੋੜਾ ਸੁੱਕਾ ਹੈ ਤਾਂ ਕਰਕੇ ਖੜੇ ਹਾਂ, ਇੱਧਰ ਦੇ ਜਾ ਕੇ ਦੇਖੋ ਪਾਣੀ ਪਾਣੀ ਆ, ਉਧਰਲੀ ਬੀਚ ਉੱਥੋਂ ਗਾਹਾਂ ਤੱਕ ਪਾਣੀ ਹੋਇਆ ਪਿਆ, ਪੈਪ 1.5 ਤੋਂ 2 ਮਹੀਨੇ ਹੋ ਗਿਆ ਜੀ, ਕੋਈ ਗੌਰ ਨਹੀਂ ਹੈਗੀ। ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ? ਬਹੁਤ ਜ਼ਿਆਦਾ ਆਉਂਦਾ ਜੀ, ਇੱਕ ਕਾਰ ਦੇ ਵਿੱਚ ਜਵਾਕਾਂ ਨੂੰ ਛੱਡ ਕੇ ਆਉਣਾ ਪੈਂਦਾ ਜੀ,